ਇਹ ਜਿਹੜੀ ਤਸਵੀਰ ਆ ਖਾਸ ਅਹਿਮੀਅਤ ਰੱਖਦੀ ਆ ਤੇ ਅਸੀਂ ਕੋਸ਼ਿਸ਼ ਕਰਦੇ ਹੁੰਦੇ ਆ ਕਿ ਹਰ ਰਿਕਾਰਡਿੰਗ ਦੇ ਵਿੱਚ ਇਹ ਤਸਵੀਰ ਜ਼ਰੂਰ ਜਾਵੇ। ਇੱਥੇ ਟਰਾਲੀਆਂ ਤੇ ਨਿਸ਼ਾਨ ਸਭ ਲੱਗੇ ਆ, ਉਹ ਭਾਵੇਂ ਭਾਰਤੀ ਕਿਸਾਨ ਯੂਨੀਅਨ ਦੀਆਂ ਟਰਾਲੀਆਂ ਹੋਣ ਦੁਆਬਾ ਦੀਆਂ, ਉਹ ਭਾਵੇਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀਆਂ ਟਰਾਲੀਆਂ ਹੋਣ ਜਾਂ ਦੂਜੀਆਂ ਜਥੇਬੰਦੀਆਂ ਦੀਆਂ, ਹਰ ਇੱਕ ਨੇ ਨਿਸ਼ਾਨ ਸਾਹਿਬ ਦੀ ਕਹਿੰਦੇ ਅਗਵਾਈ ਕਰ ਰਿਹਾ। ਜਦੋਂ ਦੇਸ਼ ਦਾ ਹਾਕਮ ਦੇਸ਼ ਦੇ ਵਿਰੁੱਧ ਹੋ ਜਾਂਦਾ, ਆਮ ਲੋਕਾਂ ਦੇ ਆਵਾਮ ਦੇ ਵਿਰੁੱਧ ਹੋ ਜਾਂਦਾ ਨਾ, ਤੇ ਆਵਾਮ ਫਿਰ ਸੜਕਾਂ ਤੇ ਹੁੰਦੀ ਆ। ਚਾਹ ਬੈਠੀ ਦਾ ਲੰਗਰ ਛੱਕ ਕੇ ਕਿਰਪਾ ਕਰ ਜੀ, ਚਾਹ ਬੈਠੀ ਦਾ ਲੰਗਰ ਛੱਕ ਕੇ ਚਾਹ ਪੀ ਕੇ ਉਹ ਜੋ ਕਹਿ ਵਾ ਕੱਟਾ ਕੇ ਪਰਵਾ ਮੋਦੀ ਦੇ ਖੱਟਰ ਦੇ ਵਹਿ ਵਾ ਆਪ ਜੀ ਛੱਕ ਕੇ। ਬਾਬਿਆਂ ਨੇ ਅਜੇ ਬੋਰੇ ਭਰੇ ਆ ਟਰਾਲੀ 'ਚ, ਮੈਨੂੰ ਲੱਗਦਾ ਖੋਲਣ ਦੀ ਲੋੜ ਨਹੀਂ ਪੈਣੀ। ਬਾਬਾ ਜੀ ਲੋੜ ਪਈ ਖੋਲਣ ਦੀ, ਮੈਨੂੰ ਦੱਸ ਦਿਓ ਜਿਹੜਾ ਸਮਾਨ ਲੈ ਕੇ। ਬਹੁਤ ਗੁਰੂ ਅਮਰਦਾਸ ਦੀ ਕਿਰਪਾ ਸੱਚੇ ਪਾਤਸ਼ਾਹ ਦੀ, ਕਿਹ ਚੀਜ਼ ਦੀ ਇੱਥੇ ਟੋਟ ਰਿਹਾ ਏ ਗੁਰੂ ਕੀ ਲੈ ਕੇ ਬੋਰੇ ਭਰੇ ਰੱਖੇ ਹੋਏ ਅਗਲੇ। ਵੇਖੋ ਜੀ ਚੈੱਕ ਕਰੇ, ਲੋਕੀ ਜੀ ਕਹਿੰਦੇ ਪਤਾ ਨਹੀਂ ਕੀ ਸਿੱਖਾਂ ਨੇ ਲੈਣ ਦੇ, ਬੰਬ ਲੈਣ ਦੇ, ਕੀ ਹਥਿਆਰ ਲੈਣ ਦੇ, ਕੋਈ ਚੈੱਕ ਚੈੱਕ ਕਰੋ। ਟਰਾਲੀਆਂ ਵਿੱਚ ਬਦਾਮਾ, ਆਪਣੇ ਛੋਲੇ ਭੁਜੀਆ, ਫਿਰ ਦਾਲਾਂ ਆਟੇ ਦੀਆਂ ਭਰੀਆਂ ਪਈਆਂ ਵਾ। ਕਾਨੂੰਨ ਮਾੜੇ ਇਹ ਹਿੰਦੂਆਂ ਨੂੰ ਲੈ ਕੇ ਬਹਿ ਗਿਆ, ਸਿੱਖਾਂ ਤੇ ਲੈ ਕੇ ਬਹਿਣਾ। ਜਿਹੜੀਆਂ ਲੋਕੀ ਚਾਹਾਂ ਦੀਆਂ ਦੁਕਾਨਾਂ, ਮਠਿਆਈਆਂ ਦੀਆਂ ਦੁਕਾਨਾਂ ਆ, ਜੋ ਵੀ ਇਹਨਾਂ ਦੇ ਕਾਰੋਬਾਰ ਹਿੰਦੂਆਂ ਦੇ, ਸਾਰੇ ਬਰਬਾਦ ਹੋ ਜਾਣੇ ਇਹ ਕਾਨੂੰਨ ਦੇ ਨਾਲ। ਵਰਤਾਰੇ ਨੂੰ ਕਿਵੇਂ ਵੇਖ ਰਿਹਾ ਜੋ ਵਾਪਰ ਰਿਹਾ? ਬਾਈ ਸਰਕਾਰਾਂ ਧੱਕਾ ਕਰ ਰਹੀਆਂ ਆਮ ਬੰਦਿਆਂ ਨਾਲ, ਜਿੱਦਾਂ ਕਿ ਆਸੂ ਗੈਸ ਦੇ ਗੋਲੇ ਚੱਲ ਰਹੇ ਨੇ ਅਤੇ ਕਈ ਜਾਨਾਂ ਵੀ ਜਾ ਰਹੀਆਂ, ਜ਼ਖਮੀ ਵੀ ਹੋ ਰਹੇ ਨੇ, ਅਤੇ ਉਹ ਮਾੜਾ ਪ੍ਰਭਾਵ ਪੈ ਰਿਹਾ ਜੀ। ਚੜ੍ਹਦੀ ਕਲਾ ਫਿਰ ਚੜ੍ਹਦੀ ਕਲਾ ਜੀ, ਮਹਾਰਾਜ ਕਿਰਪਾ ਨਾਲ ਗੁਰੂ ਗੋਬਿੰਦ ਸਿੰਘ ਕਿਰਪਾ ਨਾਲ ਚੜ੍ਹਦੀ ਕਲਾ ਰਹਿਣੀ ਹੈ ਜੀ। ਸੇ ਕੁੰਭ ਚੜ੍ਹਦੀ ਕਲਾ ਰਹਿੰਦੀ ਹੈ ਜੀ, ਮੋਦੀ ਕਰ ਲਈ ਜੀ ਆ। ਚਾਹ ਪੈਟੀ ਦਾ ਲੰਗਰ ਛੱਕ ਕੇ ਜੀ, ਚਾਹ ਪੈਟੀ ਦਾ ਲੰਗਰ ਛੱਕ ਕੇ ਗਰਮਾ ਗਰਮ ਜੀ, ਚਾਹ ਪੈਟੀ ਦਾ ਲੰਗਰ ਛੱਕ ਕੇ ਚਾਹ ਪੀ ਕੇ ਉਹ ਜੋ ਕਹਿ ਵਾ ਕੱਟਾਂਗੇ ਪਰ ਮੋਦੀ ਦੇ ਖੱਟਰ ਦੇ ਵਹਿ ਵਾ ਆਓ ਜੀ ਛੱਕ ਕੇ ਚਾਹ ਪੀਏ, ਆਓ ਜੀ ਆਓ, ਚਾਹ ਪੈਟੀ ਛੱਕ ਕੇ ਚਾਹ ਪੀ ਕੇ ਉਹ ਜੋ ਕਹਿ ਵਾ ਕੱਟਾਂਗੇ ਪਰ ਮੋਦੀ ਦੇ ਖੱਟਰ ਦੇ ਵਹਿ ਵਾ। ਇਸ ਟਾਈਮ ਸ਼ੰਭੂ ਬਾਰਡਰ 'ਤੇ ਹਾਂ, ਸ਼ੰਭੂ ਬਾਰਡਰ ਦੀਆਂ ਜਿਹੜੀਆਂ ਤਸਵੀਰਾਂ ਤੁਹਾਨੂੰ ਲਗਾਤਾਰ ਵਿਖਾ ਰਹੇ ਹਾਂ, ਖਨੌਰੀ ਨਾਲ ਵੀ ਜੋੜ ਰਹੇ ਅਸੀਂ ਤੁਹਾਨੂੰ, ਕਿਉਂਕਿ ਜਿਹੜੀਆਂ ਤਸਵੀਰਾਂ ਨਾ, ਜਿਹੜਾ ਮੀਡੀਆ ਦਾ ਫਰਜ਼ ਹੁੰਦਾ ਕਿ ਹਰ ਇੱਕ ਪਾਸੇ ਮੀਡੀਆ ਰਾਹੀਂ ਖਬਰ ਪਹੁੰਚਣੀ ਹੁੰਦੀ ਆ, ਅਤੇ ਕੋਸ਼ਿਸ਼ ਹੁੰਦੀ ਆ ਕਿ ਆਪੋ ਆਪਣੇ ਫਰਜ਼ ਜ਼ਰੂਰ ਨਿਭਾਉਂਦੇ ਰਹੀਏ। ਜੇ ਆਪਾਂ ਇੱਧਰ ਕਿਸਾਨੀ ਪੱਖ ਦੀ ਗੱਲ ਕਰੀਏ, ਉਹ ਵੀ ਰੱਖ ਰਹੇ ਹਾਂ, ਉਧਰਲੇ ਪਾਸੇ ਸਰਕਾਰ ਨਾਲ ਜਿਹੜੀ ਗੱਲਬਾਤ ਹੁੰਦੀ ਆ ਉਹ ਵੀ ਰੱਖ ਰਹੇ ਹਾਂ, ਪੰਜਾਬ ਸਰਕਾਰ ਦੇ ਜੋ ਬਿਆਨ ਆਏ ਸੀ ਉਹਦੇ ਰਾਹੀਂ ਵੀ ਚਾਨਣਾ ਪਾਇਆ ਗਿਆ ਸੀ, ਪੰਜਾਬ ਸਰਕਾਰ ਕੀ ਕਹਿ ਰਹੀ ਆ, ਉਧਰਲੇ ਪਾਸੇ ਮੰਤਰੀ ਸਾਹਿਬਾਨਾਂ ਨਾਲ ਚਾਰ ਦੌਰ ਦੀ ਮੀਟਿੰਗ ਚੱਲੀ ਆ, ਪਰ ਮੀਟਿੰਗ ਬੇਸਿੱਟਾ ਹੀ ਨਿਕਲੀ ਆ, ਕਿਉਂਕਿ ਜਿਹੜੀ ਚੌਥੇ ਦੌਰ ਦੀ ਮੀਟਿੰਗ ਸੀ ਲੱਗਦਾ ਸੀ ਇਹ 'ਚ ਕੋਈ ਨਾ ਕੋਈ ਹੱਲ ਨਿਕਲੂਗਾ, ਪਰ ਹੱਲ ਕੁਛ ਨਹੀਂ ਹੋਇਆ। ਜਿਹੜੀਆਂ 4 ਜਾਂ 5 ਫਸਲਾਂ 'ਤੇ MSP ਦੀ ਗੱਲ ਹੋਈ ਅਤੇ ਉਹ ਕਿਸਾਨਾਂ ਨੇ ਉਹ ਪ੍ਰਪੋਜ਼ਲ ਵੀ ਠੁਕਰਾ ਦਿੱਤੀ ਆ। ਜਦੋਂ ਅੰਦੋਲਨ ਲੜਨੇ ਹੋਣ, ਜਦੋਂ ਕ੍ਰਾਂਤੀਆਂ ਆਉਂਦੀਆਂ ਅਤੇ ਉਹ ਵੀ ਕਹਿੰਦੇ ਪੰਜਾਬ ਤੋਂ ਉੱਠਦੀਆਂ ਕ੍ਰਾਂਤੀਆਂ, ਅਤੇ ਜਦੋਂ ਅੰਦੋਲਨ ਲੜਦੇ ਹੋਣ ਅਤੇ ਅੰਦੋਲਨ ਲੜਨ ਵਾਲਿਆਂ ਨੂੰ ਤਕਰੀਬਨ ਹੀ ਜੋ ਪ੍ਰਸ਼ਾਦਾ ਪਾਣੀ ਦਾ ਪ੍ਰਬੰਧ ਕੀਤਾ ਜਾਂਦਾ ਵਾ, ਚਾਹ ਪਾਣੀ ਦੇ ਲੰਗਰ ਦਾ ਪ੍ਰਬੰਧ ਕੀਤਾ ਜਾਂਦਾ ਵਾ, ਅਤੇ ਇਸ ਰਿਕਾਰਡਿੰਗ ਦੇ ਵਿੱਚ ਕੋਸ਼ਿਸ਼ ਕਰਾਂਗੇ ਆਪਾਂ ਸ਼ੰਭੂ ਦੀਆਂ ਉਹ ਸਾਰੀਆਂ ਤਸਵੀਰਾਂ ਤੁਹਾਨੂੰ ਦਿਖਾ ਲਈਏ ਕਿ ਜਿੱਥੇ ਜਿੱਥੇ ਪ੍ਰਸ਼ਾਦਾ ਪਾਣੀ ਚੱਲ ਰਿਹਾ, ਲੰਗਰ ਪ੍ਰਸ਼ਾਦੀ ਚੱਲ ਰਹੇ ਆ। ਅਤੇ ਮੈਂ ਇੱਕ ਛੋਟੀ ਜਿਹੀ ਬੱਚੀ ਦੀ ਤਸਵੀਰ ਤੁਹਾਨੂੰ ਪਹਿਲਾਂ ਦਿਖਾ ਲਈ ਸੀ, ਮੈਂ ਉਹ ਤਸਵੀਰ ਤੁਹਾਨੂੰ ਸਾਂਝੀ ਕਰ ਦਿੰਦਾ। ਪਹਿਲਾਂ ਇਹ ਵੀਰ ਜਿਹੜੀ ਗੱਡੀ ਲੈ ਕੇ ਆਏ ਆ, ਉਹ ਖੁਸ਼ੀ ਨਾਮ ਦੀ ਉਹ ਛੋਟੀ ਜਿਹੀ ਬੇਟੀ ਸੀ ਜਿਹੜੀ ਥੋੜ੍ਹੀ ਦੇਰ ਪਹਿਲਾਂ ਤਕਰੀਬਨ 2-3 ਘੰਟੇ ਦਾ ਸਫ਼ਰ ਉਹਨਾਂ ਦੇ ਕੱਢਿਆ, ਅਤੇ ਉਹ ਲੈ ਕੇ ਆਏ ਸੀ ਇੱਥੇ ਕੇਲੇ ਅਤੇ ਸੰਤਰੇ। ਅਤੇ ਜਦੋਂ ਖੁਸ਼ੀ ਨਾਲ ਗੱਲ ਕੀਤੀ, ਉਹ ਕਹਿੰਦੀ ਕਿ 8 ਸਾਲ ਦੀ ਉਮਰ ਸੀ ਸ਼ਾਇਦ, 7 ਜਾਂ 8 ਸਾਲ ਦੀ ਬੱਚੀ ਦੀ, ਅਤੇ ਉਹ ਕਹਿੰਦੀ ਮੈਂ ਖੁਸ਼ ਹਾਂ ਅਤੇ ਮੈਂ ਕਿਸਾਨਾਂ ਦੇ ਕੋਲ ਆਈ ਹੋਈ ਹਾਂ, ਕਿਉਂਕਿ ਅੰਨਦਾਤੇ ਨੂੰ ਹਰ ਕੋਈ ਪਛਾਣਦਾ ਵਾ, ਅਤੇ 3 ਪੀੜ੍ਹੀਆਂ ਨਾਲ ਆਈਆਂ, 3 ਪੀੜ੍ਹੀਆਂ ਦੇ ਵਿੱਚ ਉਹਦੇ ਆਪ, ਉਹਦੇ ਪਿਤਾ ਜੀ ਅਤੇ ਚਾਚਾ ਜੀ ਅਤੇ ਦਾਦਾ ਜੀ, ਉਹ ਕਹਿੰਦੀ ਕਿ ਸਾਰੇ ਜਣੇ ਪਹੁੰਚੇ ਆ। ਅਤੇ ਇੱਕ ਤਸਵੀਰ ਇੱਧਰਲੇ ਪਾਸੇ ਦਿਖਾਲ ਦਿੰਦੇ ਹਾਂ, ਚਾਹ ਦੇ ਨਾਲ ਪੈਟੀਆਂ ਚੱਲ ਰਹੀਆਂ। ਮੈਨੂੰ ਲੱਗਦੀਆਂ ਜਦੋਂ ਆਮ ਆਪਾਂ ਸ਼ੋਪ 'ਤੇ ਜਾਂਦੇ ਹਾਂ ਕੋਈ ਵੀ ਚੀਜ਼ ਲੈਣ 'ਤੇ, 20 ਰੁਪਏ, 25 ਰੁਪਏ, 50-50 ਰੁਪਏ, 100-100 ਰੁਪਈਏ ਦੀ, ਅਤੇ ਇੱਥੇ ਹਰ ਇੱਕ ਚੀਜ਼ ਦੀਆਂ ਨਾ ਟਰਾਲੀਆਂ ਭਰ ਕੇ ਆ ਜਾਂਦੀਆਂ, ਪੇਟੀਆਂ ਦੀਆਂ ਪੇਟੀਆਂ, ਹਰ ਇੱਕ ਚੀਜ਼ ਦੀਆਂ ਇੱਥੇ ਆ ਜਾਂਦੀਆਂ। ਇੱਧਰ ਤਸਵੀਰ ਦਿਖਾਲ ਦਿਓ, ਟਰਾਲੀ ਦੇ ਵਿੱਚ ਤਕਰੀਬਨ ਹੁਣ ਡੱਬੇ ਖਾਲੀ ਵੀ ਹੋ ਚੁੱਕੇ ਆ, ਅਤੇ ਅਜੇ ਵੀ ਪੇਟੀਆਂ ਪੈਟੀਆਂ ਦੇ ਡੱਬਿਆਂ ਦੇ ਨਾਲ ਟਰਾਲੀ ਦੇ ਵਿੱਚ ਲੱਦ ਕੇ ਇੱਥੇ ਵੀਰ ਲਿਆਏ ਸੀ। ਗੱਲਬਾਤ ਉਹਨਾਂ ਨਾਲ ਕਰਦੇ ਹਾਂ, ਚਾਹ ਦਾ ਲੰਗਰ ਇੱਥੇ ਚੱਲ ਰਿਹਾ, ਇੱਧਰ ਗਰਮਾ ਗਰਮ ਚਾਹ ਜਿਹੜੀ ਕਿ ਬਣ ਕੇ ਨਾਲੋਂ ਨਾਲ ਤਿਆਰ ਹੋ ਰਹੀ ਆ, ਸਿਲੰਡਰ ਇੱਧਰਲੇ ਪਾਸੇ, ਵੱਡੇ ਵੱਡੇ ਪਤੀਲੇ, ਅਤੇ ਹਰ ਇੱਕ ਤਰ੍ਹਾਂ ਦੀ ਤਿਆਰੀ, ਕਿਉਂਕਿ ਜਦੋਂ
अंदोलन चलते हैं तो अंदोलनों बल भी इस तरह मिलता। अंदोलन के प्रशादा पाने चाह पाने के लंगर तकरीबन हर एक चीज़ जी है वह मुहैया कराई जाती है। इतने सारे वीर नौजवान ही सारे सी ते कोशिश करते आप सारे ने गलबात करके ते एक सुनेहा की कहना चाहते उत्थे वीर वीर जी की हाल जी ठीक हो तुसी? हाँ जी वधिया जी तुसी सुनाओ कितों तुसी? आपां जी लोकलां जी पिंड नशहरा है तो कितनी दूर है नाल डेरा अबाउट है जी कोई 2.5 किलोमीटर 2-2.5 किलोमीटर अज ही लाया कि पहले लंगर जी पहले दिन तो चल रहा जी अपना पहले दिन तो हाँ जी वरतौंदे रहे आप जी पैटी हो गई दुध भी सी चाह पहला फ्रूट भी लैके आए केले संतरे हाँ जी ठीक है हाँ जी। किन्ने नौजवान हो असं जी इतने हूँ तकरीबन है जी कोई 12-15 बाकी स्पोर्ट सारी आपां नूं एन आर आई भरावां दी है ठीक है जी। साडा पिंड नशहरे तो मुंडे ने असं पिछे डेरे ते रहिंदे खेतां च घर है ये भरा मेरा कनेडा तो आया हो जी उत्थों सिटी जाना है एक माड़ा इतने आ जाओगे नाल ही आ जाओ नाल नाल सेवा करते हैं नाल नाल चाहते हैं कि आप क्योंकि लंगरां दे विच जिन जिन ने सहयोग किया ना वो जरूर दसना चाहिए तो एन आर आई वीरां दा तो वैसे वड्डा योगदान हुंदा है ना जे अंदोलन 220 की गल करिए ना तो एन आर आई भरावां दे सिर तों लड़िया गया सी बेशक साडियां सिरमौर संस्थावां उत्थे सी जथेबंदियां कुछ भी कहण 6-6 महीने का लंगर लैके तुरे सी अजे भी बाबिआं ने अजे बोरे भरे आ ट्राले च मैं लगता खोलण की लोड़ नहीं पैनी बाबा जी लोड़ पई खोलण की पहले दस दिओ जिहड़ा समान लैके आए हो। बहुत गुरु अमरदास की कृपा सच्चे पातशाह जी किस चीज की इतने टोट रहे आए गुरु की लैके बोरे भरे रखे हुए अगले पास वेखो जी चेक करे लोग कहते पता नहीं की सिखा ने लैंदे बंब लैंदे की हथियार लैंदे कोई चेक तो करो ट्रालियां विच बदाम अपने छोले भुजिया अच्छा। फिर दालां आटे दियां भरियां पईआं वा खोलण दी लोड़ पई मैं कहना गुरु महाराज जी कहिंदा बदामां दियां गिरियां वाले दुध खीरा है जिन्ना इन्ना ही इत्थे पदार्थ मिलिया ना सानू खाण नू बाबा लख नू संगत नू गुरु महाराज की कृपा नाल हर एक कौम दे वेखे आ इन्ना कदे नहीं मिलिया तो दूसरी गल पता की आ अड़ा मोदी साहब है ना मोदी साहब अं तो किसान अंदोलन लड़ रहे हैं ये तू सची गल दसा जो हिंदू है ना हिंदू नंगल अजौली मोड़ चंदन की दुकान आ घट तो घट भी करोड़ डेढ़ करोड़ का समान दुकान के हिंदू ये आ जो कानून बनाए ना इतों सब कुछ वेच के तो अमेरिका चले गए साडा पिंड बैरवाल बावे वाला उतों उन्होंने भरा ही जमीन वेच गए हिंदू पंडित स्कूल वेच गए घर बर्बाद कर गए तो अमेरिका चले गए पांच भरा जड़े ना चार भरा अमेरिका चले गए कारण कहते कानून माड़े ये हिंदुओं भी लैके बह गया सिखों से लैके बहना जड़िया लोग चावान दुकाना मिठाइया दुकाना आ जो भी इन्हों के कारोबार हिंदुओं के सारे बर्बाद हो जाने ये कानून के नाल मैं कहना एक तो गुरु महाराज कृपा करे टैग हो गए ना मर जाए तो दूसरा महाराज कृपा करे मेरी यह अरदास है बुढ़ा हो गए ना जिनी संगत ने बर्बाद की मरी आ मंजे से रिड़क रिड़के ना मरू तो सानू गुरु का सिख ना आखियो जदों देश का हाकम देश के विरुद्ध हो जाता आम लोगों के आवाम के विरुद्ध हो जाता ना तो आवाम फिर सड़क पर होंगी आ नरेंद्र मोदी जी जो 10 साल पहले आए थे उन्होंने वड्डिया मंगा की गल की जिससे कहा गया कि मेन जी गल हैगी कि जो किसान का कर्जा वा वह भी माफ़ करता जा होर भी बहुत सारिया मंगा सी जी गल की गई सी कि असी हर एक गल पूरी करांगे पर यह अस आवाम फिर भी सड़क पर क्यों लाना है पिया वा इतों एन आर आई वीर साढ़े नाल गलबात करते हो वीर जी वाहेगुरू जी का खालसा जी खालसा जी फतेह जी की नाँ जी कि जगह तो मेरा नाम जी सुखमान सिंह जी मैं लोकल पिंड तो जी इतों तुम एक पिंड तो ही हाँ जी एक पिंड डेरे बाहर किमें वेखते हो तुम इन अंदोलनों जा पिछे जो कुछ भाणा वापरता पंजाब जो गतिविधियां सारे एक्टिव रहिंदे ने जी खबर सार रखते हैं पिछे अपने पंजाब की हो रहा जी तो मैं भी ब्रैम्पटन तो ही आया जी मैं कैनेडा रहिंदा आ हाँ जी तो मैं पिछे देखिया भी सहयोग चल रहे सारे अपने वीर भाई तो सानू साडा भी दिल किया आके सेवा करिए आके हाँ जी हाँ जी इस वर्तारे नूं किवें वेख रहे जो वापर रहा इत्थे भाई जी सरकारां धक्का कर रही आम बंदियां नाल किद्दां अगे आंसू गैस दे गोले चल रहे ने तो कई जानां भी जा रही जख्मी भी हो रहे ने तो बहुत माड़ा प्रभाव पै रहा जी नौजवान साढ़े नाल गलबात करते हो वीर जी ठीक हो तुम हाँ जी कृपा महाराज की कृपा जी गुरु सेवक सिंह जी तुम कि सेवा करते हो असी बस मिक्स जी चाह चू बना छी जी हाँ जी हाँ जी फिर कि मसाले पाने हो जोड़े की जी मेन हलवाई ने साडे शेफ ने चाह बना कलेरियन च शेफ रहे ने चंसन हवेली भी शेफ रहे अज तुम इतने भी शेफ दवा दे रहे हो हर एक चीज़ की तैयारी हो रही है हाँ जी
ਬਸ ਜੀ 3-4 ਦਿਨ ਤੋਂ ਸਾਡੇ ਪਿੰਡ ਤੋਂ ਨਸ਼ਹਿਰੇ ਪਿੰਡ ਤੋਂ ਲੰਗਰ ਚੱਲ ਰਿਹਾ ਜੀ। ਪਹਿਲੇ 2 ਦਿਨ ਫਰੂਟ ਦਾ ਲੰਗਰ ਚੱਲ ਰਿਹਾ ਜੀ, ਅਤੇ ਫਿਰ ਕੱਲ੍ਹ ਅਸੀਂ 3000 ਪੈਟੀਜ਼ ਦਾ ਔਡਰ ਕਰਿਆ ਸੀ, ਅਤੇ ਮਤਲਬ 11 ਵਜੇ ਤੋਂ ਸ਼ਾਮ ਦੇ 5 ਵਜੇ ਤੱਕ ਚੱਲਦਾ ਰਿਹਾ ਜੀ ਮਹਾਰਾਜ ਦੀ ਕਿਰਪਾ ਨਾਲ। ਅੱਜ ਅਸੀਂ ਫਿਰ ਪੈਟੀ ਦਾ ਲਿਆਂਦਾ ਲੰਗਰ, ਅਤੇ ਕੱਲ੍ਹ ਨੂੰ ਅਸੀਂ ਸੋਚ ਰਹੇ ਹਾਂ ਵੀ ਕੱਲ੍ਹ ਅਸੀਂ ਥੋੜ੍ਹਾ ਡਿਫਰੈਂਟ ਕਰੀਏ, ਮਤਲਬ ਪ੍ਰਸ਼ਾਦੇ ਦਾ ਜਾਂ ਮਿਕਸ ਵੈਜ ਬਣਾਈਏ। ਕੱਲ੍ਹ ਅਗਲੇ ਪਾਸੇ ਵੀ ਤਿਆਰੀਆਂ ਜਾਣਦੀਆਂ, ਕਹਿੰਦੇ 11 ਵਜੇ ਤੋਂ ਬਾਅਦ 'ਚ ਅਗਲੇ ਪਾਸੇ ਨੂੰ। ਹਾਂਜੀ, ਅਜੇ ਮਤਲਬ ਸੁਣਿਆ ਤਾਂ ਅਸੀਂ ਡਿਸਾਈਡ ਕਰ ਰਹੇ ਨੇ ਵੀ ਹੈ ਨਾ ਕੱਲ੍ਹ ਨੂੰ 11 ਵਜੇ ਤੋਂ ਮੋਰਚਾ ਅੱਗੇ ਜਾਣ ਦੀ ਤਿਆਰੀ ਵਿੱਚ। ਅਤੇ ਫਿਲਹਾਲ ਜੇ ਨਹੀਂ ਫਿਲਹਾਲ ਅਸੀਂ ਇੱਥੇ ਤੱਕ ਡਟ ਕੇ ਖੜੇ ਪਏ, ਸਾਡੇ ਨਾਲ ਦੇ ਜਿੰਨੇ ਵੀ ਪਿੰਡ ਨੇ ਪੂਰਾ ਸਹਿਯੋਗ ਕਰ ਰਹੇ ਨੇ ਜੀ। ਹਾਂਜੀ, ਮੇਰੇ ਭੈਣ ਭਰਾਵਾਂ ਦਾ ਸਾਥ ਪੂਰਾ। ਹਾਂਜੀ ਹਾਂਜੀ, ਸਾਡੇ ਪਿੰਡ ਦੀ ਬੜੀ ਕਿਰਪਾ ਜੀ, ਸਾਰੇ ਪਿੰਡ ਹੀ ਬਾਹਰ ਹੈ ਜੀ, ਅਤੇ ਚੰਗੇ ਚੰਗੇ ਮਤਲਬ ਅਹੁਦਿਆਂ 'ਤੇ ਵੈਲ ਸੈਟਲ ਨੇ ਸਾਰੇ, ਅਤੇ ਪੂਰੀ ਸਪੋਰਟ ਕਰਦੇ ਨੇ ਜੀ ਸਾਰੇ ਪਿੰਡ ਦੇ ਮੁੰਡੇ ਜੀ। ਇਹ ਸਾਡਾ ਵੀਰ ਵੀ ਪਿਛਲੇ ਮਹੀਨੇ ਆਇਆ ਸੀ, ਅਤੇ ਆਪਸ ਵਿੱਚ ਸਲਾਹ ਬਣ ਕਰਕੇ ਅਸੀਂ ਫਿਰ ਚੰਗੇ ਕਰ ਰਹੇ ਹਾਂ ਜੀ ਪੂਰੇ ਜ਼ੋਰਾਂ ਸ਼ੋਰਾਂ ਨਾਲ। ਧੰਨਵਾਦ ਜੀ, ਇੱਥੇ ਹੋਰ ਵੀ ਨੌਜਵਾਨ, ਆਪਾਂ ਕੋਸ਼ਿਸ਼ ਕਰਾਂਗੇ ਕਿ ਸਾਰਿਆਂ ਨਾਲ ਗੱਲਬਾਤ। ਹੋਰ ਜੀ ਠੀਕ ਹੋ ਤੁਸੀਂ? ਠੀਕ ਹੈ ਜੀ, ਚੜ੍ਹਦੀ ਕਲਾ ਮਹਾਰਾਜ ਕਿਰਪਾ ਜੀ, ਵਾਧੂ ਸਕਣੇ ਪਏ ਲੰਗਰ, ਵਾਧੂ ਮਹਾਰਾਜ ਕਿਰਪਾ ਨਾਲ ਪਾਣੀ ਫਿਰ ਪੂਰੇ ਲੰਗਰ ਚੱਲ ਰਹੇ ਸਰ। ਨੌਜਵਾਨ ਸਾਰੇ ਕਰਦੇ ਪਏ ਸੇਵਾ ਬਣ, ਸਭ ਵਧੀਆ ਜੀ, ਕਿਰਪਾ ਗੁਰੂ ਦੀ ਜੀ। ਕਿਹੜੇ ਪਿੰਡ ਤੋਂ? ਨਾਲ ਹੀ ਪਿੰਡ ਸਲਿੰਪਰ ਸਿਖਾੜਾ ਜੀ ਇੱਥੇ। ਹਾਂਜੀ ਹਾਂਜੀ, ਚੜ੍ਹਦੀ ਕਲਾ ਫਿਰ ਚੜ੍ਹਦੀ ਕਲਾ ਜੀ, ਮਹਾਰਾਜ ਕਿਰਪਾ ਨਾਲ, ਗੁਰੂ ਗੋਬਿੰਦ ਸਿੰਘ ਕਿਰਪਾ ਨਾਲ ਚੜ੍ਹਦੀ ਕਲਾ ਰਹਿਣੀ ਹੈ ਜੀ। ਸਿੱਖ ਕੌਮ ਚੜ੍ਹਦੀ ਕਲਾ ਰਹਿੰਦੀ ਹੈ ਜੀ, ਮੋਦੀ ਕਰ ਲੈ ਜੀ। ਇੱਧਰ ਵੀ ਕੁਛ ਲੈ ਕੇ ਆਏ ਬਾਬਾ ਜੀ, ਬਿਲਕੁਲ ਜੀ ਬਿਲਕੁਲ ਬਾਬਾ ਜੀ। ਗੁਰਦੁਆਰਾ ਸਾਹਿਬ ਤੋਂ ਲੰਗਰ ਹੈ ਜੀ, ਪੰਜੋਖਰ ਸਾਹਿਬ ਗੁਰਦੁਆਰਾ ਸਾਹਿਬ। ਹਾਂਜੀ ਹਾਂਜੀ ਸਰ, ਲੱਸੀ ਦਾ ਲੰਗਰ ਹੈ, ਪ੍ਰਸ਼ਾਦੇ ਹੈ, ਦਾਲ ਹੈ, ਸਬਜ਼ੀ ਹੈ ਸਰ, ਜਲੇਬੀਆਂ ਨੇ, ਅੱਛਾ ਬ੍ਰੈਡ ਹੈ ਜੀ, ਦੁੱਧ ਹੈ ਸਰ, ਹਰ ਇੱਕ ਚੀਜ਼ ਲਿਆਏ ਆ ਜਨਤਾ ਦੀ ਸੇਵਾ ਕਰਨ ਵਾਸਤੇ ਸਰ। ਹਰ ਰੋਜ਼ ਬਾਬਾ ਗੁਰਮੀ ਗੁਰਮੀਤ ਸਿੰਘ ਜੀ ਵੱਲੋਂ ਲੰਗਰ ਹੈ ਜੀ, ਕਾਰ ਸੇਵਾ ਵਾਲੇ ਗੁਰਮੀਤ ਸਿੰਘ, ਕਾਰ ਸੇਵਾ। ਹਾਂਜੀ ਸ਼ਾਬਾਦ ਵਾਲੇ, ਕਹਿੰਦੇ ਕਾਰ ਸੇਵਾ ਵਾਲੇ, ਸ਼ਾਹਬਾਦ ਵਾਲੇ। ਤੇ ਮੇਰੇ ਨਾਲ ਵੀ ਪਿੱਛੇ ਜਿਹੜੀ ਕੈਮਰਾ ਸੇਵਾ ਦੇ ਰਿਹਾ ਨਾ, ਇਸ ਬਾਬੇ ਦਾ ਨਾਮ ਵੀ ਗੁਰਮੀਤ ਸਿੰਘ ਹੀ ਆ, ਕਿਉਂਕਿ ਇਹ ਵੀ ਸਾਡਾ ਬਾਬਾ ਜੀ। ਪਹਿਲੇ ਦਿਨ ਜਦੋਂ ਇੱਥੇ ਗੋਲਿਆਂ ਦੀ ਬਰਸਾਤ ਹੋਈ ਤਾਂ ਸਾਡੇ ਨੌਜਵਾਨ ਨੂੰ ਉਦੋਂ ਗੋਲੇ ਵੱਜੇ ਸੀ, ਤੇ ਇਸ ਟਾਈਮ ਗੁਰਮੀਤ ਸਿੰਘ ਹੀ, ਗੁਰਮੀਤ ਸਿੰਘ ਬਾਬਾ ਜੀ ਕਹਿੰਦੇ ਗੁਰਮੀਤ ਸਿੰਘ ਸ਼ਾਹਬਾਦ ਵਾਲੇ ਲੰਗਰ ਲੈ ਕੇ ਆਏ ਆ, ਤੇ ਗੁਰਮੀਤ ਸਿੰਘ ਕੈਮਰੇ ਸਵਾਉਂ ਦੇ ਰਿਹਾ। ਅਸੀਂ ਪਿੱਪਲ ਤੇ ਵਾਲੇ ਆ, ਅਸੀਂ ਹਰਿਆਣੇ ਵਾਲੇ, ਹਰਿਆਣੇ ਵਾਲੇ, ਹਰਿਆਣੇ ਵਾਲੇ। ਰੋਕਿਆ ਹੋਇਆ ਤੁਸੀਂ ਅਜੇ? ਕੋਈ ਨਹੀਂ, ਫਿਰ ਆਪਾਂ ਗੱਲਾਂ ਬਾਤਾਂ ਕਰਾਂਗੇ। ਇਸ ਟਾਈਮ ਸਾਂਝੇ ਪੰਜਾਬ ਦੀਆਂ ਗੱਲਾਂ ਵੀ ਹੁੰਦੀਆਂ। ਪੰਜਾਬ ਕੇਵਲ ਇੱਥੋਂ ਤੱਕ ਸੀਮਤ ਨਹੀਂ ਸੀ, ਪੰਜਾਬ ਬੜਾ ਮਹਾਂ ਪੰਜਾਬ ਸੀ। ਜਦੋਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਗੱਲ ਹੁੰਦੀ ਆ ਨਾ, ਉਦੋਂ ਬਹੁਤ ਵੱਡੇ ਪੰਜਾਬ ਦੀ ਗੱਲ ਹੁੰਦੀ ਆ, ਅਤੇ ਉੱਧਰੋਂ ਅਫਗਾਨਿਸਤਾਨ ਤੱਕ ਪੰਜਾਬ ਰਾਜ ਦੀ ਗੱਲ ਹੁੰਦੀ ਹੈ। ਬਾਅਦ 'ਚ ਪੰਜਾਬ ਨੂੰ ਤੋੜਿਆ ਜਾਂਦਾ ਵਾ, 1947 ਦੇ ਵਿੱਚ ਵੰਡ ਹੋ ਜਾਂਦੀ ਆ, 1966 ਦੇ ਵਿੱਚ ਪੰਜਾਬ ਦੀ ਵੰਡ ਹੁੰਦੀ ਆ। ਪੰਜਾਬ ਇੱਕ ਸੂਬੇ ਤੋਂ ਛੋਟਾ ਸੂਬਾ ਬਣ ਕੇ ਰਹਿ ਚੁੱਕਾ ਸੀ, ਪਰ ਫਿਰ ਵੀ ਅੱਜ ਗੁਰੂ ਸਾਹਿਬ ਦੀ ਕਿਰਪਾ ਵਾ, ਅੱਜ ਅੰਦੋਲਨ ਚੱਲਿਆ, ਅਤੇ ਅੰਦੋਲਨ ਦੇ ਵਿੱਚ ਇੱਕ ਵੱਡਾ ਯੋਗਦਾਨ ਫਿਰ ਪੰਜਾਬ ਨੇ ਪਾਇਆ, ਪੰਜਾਬੀਆਂ ਨੇ ਪਾਇਆ। ਉਹ ਭਾਵੇਂ ਐਨ ਆਰ ਆਈ ਭੈਣ ਭਰਾ ਹੋਣ, ਹਰਿਆਣੇ ਤੋਂ ਹੋਣ, ਜਾਂ ਭਾਵੇਂ ਕਿਤੇ ਵੀ ਵਿਦੇਸ਼ ਦੇ ਵਿੱਚ ਬੈਠਾ ਹੋਇਆ ਉਸ ਨੌਜਵਾਨ ਆ, ਮਾਈ ਭਾਈ ਆ, ਉਹ ਸਾਰੇ ਆਪ ਆਪਣਾ ਯੋਗਦਾਨ ਪਾ ਰਹੇ ਆ। ਸ਼ੈਪ ਸਾਹਿਬ ਲਾਚੀਆਂ ਬਣੀਆਂ ਤਰ ਰਹੀਆਂ ਉੱਪਰ। ਹਾਂਜੀ ਹਾਂਜੀ, ਲਾਚੀਆਂ ਪੂਰੀਆਂ ਪਾਈਆਂ ਜੀ। ਹਾਂਜੀ ਹਾਂਜੀ, ਚਾਹ ਤੁਸੀਂ ਟੇਸਟ ਕਰੋ ਜੀ, ਖੜ ਖੜ ਕੇ ਕਹਿ ਰਹੇ ਨੇ ਚਾਹ ਦੇ। ਹਾਂਜੀ ਹਾਂਜੀ, ਪਹਿਲੇ ਦਿਨ ਅਸੀਂ ਇੱਕ ਗਲਾਸੀ ਪੀ ਕੇ ਅਗਲਾ ਕਹੇ ਕਿ ਇੱਕ ਹੋਰ ਪਾ ਦਿਓ। ਹਾਂਜੀ ਹਾਂਜੀ, ਪਹਿਲੇ ਦਿਨ ਅਸੀਂ ਦੁੱਧ ਵੀ ਚਲਾਏ ਨਾ, ਆਪਣਾ ਦੁੱਧ ਦਾ ਬਦਾਮ ਵਾਲੇ ਦੁੱਧ ਦਾ, ਉਹ ਸਾਡਾ ਘੰਟੇ 'ਚ ਖਤਮ ਹੋ ਗਿਆ ਸੀ, ਬੜਾ ਮਤਲਬ ਛੱਕਿਆ ਜੀ, ਅਤੇ ਪਰ ਹੁਣ ਪੂਰਾ ਨਹੀਂ ਆਉਣਾ ਲੱਗਾ, ਫਿਰ ਅਸੀਂ ਚਾਹ ਬਣਾ ਦਈਏ। ਹਾਂਜੀ, ਕਿਉਂਕਿ ਚਾਹ ਦੇ ਵਿੱਚ ਵੀ ਜਿਹੜੇ ਤੁਸੀਂ ਮਸਾਲੇ ਪਾਏ ਆ, ਕਮਾਲ ਦੇ ਪਾਏ ਹੋ। ਇੱਕ ਪਿਛਲੀ ਤਸਵੀਰ ਵੀ ਦਿਖਾਲ ਦਿਓ, ਇਹ ਜਿਹੜੀ ਤਸਵੀਰ ਆ ਖਾਸ ਅਹਿਮੀਅਤ ਰੱਖਦੀ ਆ, ਅਤੇ ਅਸੀਂ ਕੋਸ਼ਿਸ਼ ਕਰਦੇ ਹੁੰਦੇ ਹਾਂ ਕਿ ਇਹ ਹਰ ਰਿਕਾਰਡਿੰਗ ਦੇ ਵਿੱਚ ਇਹ ਤਸਵੀਰ ਜ਼ਰੂਰ ਜਾਵੇ। ਜਿਹੜੀ ਪਹਿਲੀ ਤਸਵੀਰ ਅਸੀਂ ਸਾਂਝੀ ਕੀਤੀ ਸਵੇਰ ਦੇ ਸਮੇਂ, ਮਾਝੇ ਤੋਂ ਆਏ ਵੀਰਾਂ ਦੇ ਨਾਲ ਗੱਲਬਾਤ ਕੀਤੀ ਸੀ, ਅਤੇ ਉਦੋਂ ਨਿਸ਼ਾਨ ਸਾਹਿਬ ਲੱਗੇ ਹੋਏ ਸੀ, ਉਹ ਨਿਸ਼ਾਨ ਸਾਹਿਬਾਂ ਦੀ ਤੁਹਾਨੂੰ ਤਸਵੀਰ ਦਿਖਾਲੀ ਸੀ, ਅਤੇ ਇੱਥੇ ਟਰਾਲੀਆਂ 'ਤੇ ਵੀ ਨਿਸ਼ਾਨ ਸਾਹਿਬ ਲੱਗੇ ਆ। ਉਹ ਭਾਵੇਂ ਭਾਰਤੀ ਕਿਸਾਨ ਯੂਨੀਅਨ ਦੀਆਂ ਟਰਾਲੀਆਂ ਹੋਣ ਦੁਆਬਾ ਦੀਆਂ, ਉਹ ਭਾਵੇਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀਆਂ ਟਰਾਲੀਆਂ ਹੋਣ, ਜਾਂ ਦੂਜੀਆਂ ਜਥੇਬੰਦੀਆਂ ਦੀਆਂ, ਹਰ ਇੱਕ ਨੇ ਨਿਸ਼ਾਨ ਸਾਹਿਬ ਦੀ ਕਹਿੰਦੇ ਅਗਵਾਈ ਕਰ ਰਿਹਾ। ਇੱਕ ਸਮਾਂ ਦਿੱਲੀ ਦੇ 2020 ਤੋਂ ਲੈ ਕੇ 2021 ਜਿਹੜਾ ਅੰਦੋਲਨ ਚੱਲਿਆ ਸੀ ਨਾ, ਇੱਕ ਦਿਨ ਉਹ ਆਇਆ ਸੀ ਕਿ ਸ਼ੰਭੂ ਵਾਲੀ ਵੱਡੀ ਸਟੇਜ 'ਤੇ ਕਹਿ ਦਿੱਤਾ ਗਿਆ ਸੀ ਕਿ ਨਿਸ਼ਾਨ ਸਾਹਿਬ ਨਾ ਲਾਓ, ਝੰਡੇ ਲਾਓ। ਜਦੋਂ ਵਿਰੋਧ ਹੋਇਆ ਤਾਂ ਉਹ ਗੱਲਾਂ ਵਾਪਸ ਹੋਈਆਂ, ਫਿਰ ਕਹਿੰਦੇ ਕਿ ਸਾਡੇ ਕੋਲ ਗਲਤੀਆਂ ਹੋ ਜਾਂਦੀਆਂ, ਨਿਸ਼ਾਨ ਸਾਹਿਬ ਦਾ ਵਿਰੋਧ ਵੀ ਕੀਤਾ ਗਿਆ, ਪਰ ਅਗਲੇ ਦਿਨ ਜੋ ਜਜ਼ਬਾ ਸੀ ਉੱਥੇ ਖਾਸ ਕਰਕੇ ਵੇਖਣ ਵਾਲਾ, ਹਰ ਟਰਾਲੀ 'ਤੇ ਨਿਸ਼ਾਨ ਸਾਹਿਬ ਲੱਗਾ ਸੀ, ਕਿਉਂਕਿ ਉਹ 26 ਤਰੀਕ ਦੀ ਅਗਲੇ ਪਾਸੇ ਤਿਆਰੀ ਹੋਣ ਡਈ ਸੀ, ਰਿੰਗ ਰੋਡ 'ਤੇ ਜਾਣ ਦੀਆਂ ਗੱਲਾਂ ਹੋਈਆਂ, ਅਤੇ ਅਜੇ ਵੀ ਤੰਜ ਕੱਸਿਆ ਜਾਂਦਾ, ਕਹਿੰਦੇ ਲੋਕਾਂ ਨੂੰ ਤਾਂ ਕਹਿੰਦੇ ਸੀ ਆਪਾਂ ਰਿੰਗ ਰੋਡ 'ਤੇ ਜਾਣਾ, ਅਤੇ ਬਾਅਦ ਵਿੱਚ ਕਿਹੜੀ ਪਲੈਨਿੰਗ ਤੁਸੀਂ ਕਰ ਲਈ ਕਿ ਆਪਸ ਦੇ ਵਿੱਚ ਬੈਠ ਕੇ ਪ੍ਰਸ਼ਾਸਨ ਨੂੰ ਕਹਿੰਦੇ ਕਿ ਇੱਥੋਂ ਘੁਮੋੜਾ ਪਾ ਲੈਂਦੇ ਹਾਂ, ਪਰ ਜੋ ਨੌਜਵਾਨੀ ਉਤਸ਼ਾਹ ਸੀ ਉਹ ਠਾਠਾ ਮਾਰਦਾ ਉਦੋਂ ਸੀ, ਅਤੇ ਠਾਠਾ ਮਾਰਦਾ ਹੀ ਹੋਣਾ। ਬੇਸ਼ੱਕ ਪੰਜਾਬ ਦੇ ਵਿੱਚ ਨਸ਼ਿਆਂ ਦਾ ਦੌਰ ਵੀ ਚੱਲ ਰਿਹਾ, ਸਾਡੀ ਕੁਛ ਕੁ ਨੌਜਵਾਨ
NRI भैन भरा जिहड़े कि अहीं कहिंदे विदेशां दे जाई जांदे आ, विदेशां दे विच जा के वह योगदान वड्डा पा के अपने इन्हां अंदोलनां नूं फतेह करन वाले पासे लैके तुरदे आ, क्योंकि NRI भैन भरा एक वड्डा योगदान इन्हां अंदोलनां दे विच पाउंदे आ। होर वीर साडे नाल गल्लबात करदे आ जी, की हाल जी तुहाडा? ठीक हो जी? सति श्री अकाल जी। सति श्री अकाल जी, किहड़ी जगह तों आए तुसीं? ਸਾਡਾ ਪਿੰਡ ਨਸ਼ਹਿਰਾ ਜੀ, ਅਸੀਂ ਇੱਥੇ ਲੰਗਰ ਲਾ ਰਹੇ ਸਾਰੇ ਭਰਾ ਰਲ ਕੇ, ਕਿਸਾਨਾਂ ਦੀ ਕਿਸਾਨਾਂ ਨੂੰ ਕਰਦੇ ਹੋਏ ਹਾਂ, ਚਾਹ ਪਾਣੀ ਪਿਆ ਰਹੇ ਹਾਂ। ਔਰ ਸਾਡੇ ਵੀਰ ਵਿਦੇਸ਼ਾਂ 'ਚੋਂ ਆਏ ਹੋਏ ਹਨ, ਕਿਸਾਨਾਂ ਪਿੱਛੇ ਟਿਕਟ ਸਪੈਸ਼ਲ ਕਟਾ ਕੇ ਆਏ ਹੋਏ ਹਨ, ਵੀ ਮੋਦੀ ਨੇ ਸਾਨੂੰ ਤੰਗ ਕੀਤਾ ਬਹੁਤ, ਇਸ ਕਰਕੇ ਅਸੀਂ ਕਿਸਾਨਾਂ ਦੀ ਮਦਦ ਕਰਨੀ ਹੈ। ਜੇ ਮੋਦੀ ਮੰਨ ਜਾਏਗਾ ਠੀਕ ਹੈ, ਨਹੀਂ ਤਾਂ ਅਸੀਂ ਦਿੱਲੀ ਨੂੰ ਕੂਚ ਕਰਾਂਗੇ ਜੋਸ਼ ਨਾਲ। ਕੱਲ੍ਹ ਦੀ ਤਿਆਰੀ ਹੈ ਫਿਰ, ਕਹਿੰਦੇ ਕੱਲ੍ਹ ਨੂੰ 11 ਵਜੇ ਅਗਲੇ ਪਾਸੇ ਨੂੰ? ਹਾਂਜੀ, ਜੋ ਸਾਨੂੰ ਆਰਡਰ ਹੋਏਗਾ ਉੱਤੋਂ ਵੱਡੇ ਸਾਡੇ ਰਾਮਾਨਾ ਦਾ, ਅਤੇ ਅਸੀਂ ਦਿੱਲੀ ਨੂੰ ਕੂਚ ਕਰਾਂਗੇ। ਹੋਰ ਵੀ ਨੌਜਵਾਨ ਸਾਡੇ ਨਾਲ, ਹੋਰ ਜੀ ਠੀਕ ਹੋ? ਚੜ੍ਹਦੀ ਕਲਾ ਜੀ? ਪੂਰੀ ਚੜ੍ਹਦੀ ਕਲਾ ਜੀ। ਕੀ ਨਾਂ ਜੀ ਤੁਹਾਡਾ, ਉਮਰ ਕਿੰਨੀ ਹੈ? ਮੇਰੀ ਉਮਰ 24 ਸਾਲ ਦੀ ਹੈ ਜੀ, ਨਾਮ ਗੁਰਤੇਜ ਸਿੰਘ ਜੀ। 24 ਸਾਲ ਤੇ ਸੜਕ ਤੇ ਆਣ ਕੇ ਖਲੋਣਾ ਪੈ ਗਿਆ ਵੈਸੇ? ਵੈਸੇ ਉਮਰ ਨਹੀਂ ਹੁੰਦੀ ਇਹ, ਉਮਰ ਦੇ ਵਿੱਚ ਤਾਂ ਗੁਰੂ ਸਾਹਿਬ ਕਿਰਪਾ ਕਰੇ ਸਾਨੂੰ ਚੰਗੀ ਨੌਕਰੀ ਮਿਲੇ, ਅਸੀਂ ਅਗਲੇ ਭਵਿੱਖ ਦੀ ਚੰਗੇ ਭਵਿੱਖ ਵਾਸਤੇ ਅਰਦਾਸਾਂ ਕਰਦੇ ਹਾਂ। ਚਲੋ ਇਹ ਵੀ ਚੰਗੇ ਭਵਿੱਖ ਦੀ ਅਰਦਾਸ ਵੀ ਇੱਥੇ ਹੋ ਰਹੀ ਆ, ਵੀ ਇੱਥੇ ਸੇਵਾ ਚੱਲ ਰਹੀ ਆ। ਭਵਿੱਖ ਵੀ ਤਾਂ ਹੀ ਬਣੇਗਾ ਜੇ ਆਪਾਂ ਹੁਣੇ ਲੜਾਈ ਕਰਾਂਗੇ ਆਪਣੀ, ਅਤੇ ਬਾਕੀ ਕਰ ਰਹੇ ਹਾਂ ਸੇਵਾ। ਅਤੇ ਮੈਂ ਇੱਕ ਗੱਲ ਬਸ ਇਹੀ ਕਹਿਣਾ ਚਾਹੁੰਦਾ ਵੀ ਜਿੰਨੇ ਵੀ ਟਰਾਲੀਆਂ ਵਾਲੇ ਆਪਣੇ ਆ ਰਹੇ ਨੇ, ਹੈ ਨਾ ਜੀ, ਨੌਜਵਾਨ ਜਾਂ ਜਿੰਨੇ ਵੀ ਬਜ਼ੁਰਗ ਆ ਰਹੇ ਨੇ, ਉਹ ਟਰੈਕਟਰ ਦੇ ਅੱਗੇ ਇੱਕ ਨਿਸ਼ਾਨ ਸਾਹਿਬ ਜ਼ਰੂਰ ਲਾਉਣ, ਭਾਵੇਂ ਕਿਸਾਨੀ ਦੇ ਝੰਡੇ ਵੀ ਲਾਏ ਨੇ, ਕਿਉਂਕਿ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਘੱਲਿਆ ਸੀ ਨਾ ਪੰਜਾਬ ਵਿੱਚ ਲੜਾਈ ਵਾਸਤੇ, ਤਾਂ ਉਹਨਾਂ ਨੇ ਇੱਕ ਨਿਸ਼ਾਨ ਸਾਹਿਬ ਦੇ ਕੇ ਤੋਰਿਆ ਸੀ, ਨਿਸ਼ਾਨ ਸਾਹਿਬ ਨਗਾਰਾ ਅਤੇ ਪੰਜ ਤੀਰ, ਕਿਉਂਕਿ ਨਿਸ਼ਾਨ ਸਾਹਿਬ ਨਾ ਆਪਣਾ ਅਗਵਾਈ ਕਰਦਾ ਗੁਰੂ ਮਹਾਰਾਜ ਦੇ ਰੂਪ ਵਿੱਚ, ਅਤੇ ਇੱਕ ਬਹੁਤ ਵੱਡੀ ਅਗਵਾਈ ਹੈ ਆਪਣੀ ਨਿਸ਼ਾਨ ਸਾਹਿਬ ਦੀ, ਜੋ ਆਪਣੀ ਹੈ ਨਾ ਨਾਲ ਨਾਲ ਸਾਥ ਵੀ ਦਿੰਦਾ, ਅਤੇ ਨਿਸ਼ਾਨ ਸਾਹਿਬ ਨੂੰ ਇੱਕ ਗੁਰੂ ਸਾਹਿਬ ਦਾ ਰੂਪ ਮੰਨ ਕੇ ਚੱਲਾਂਗੇ ਨਾ ਅਤੇ ਜਿੱਤ ਹਮੇਸ਼ਾ ਹੋਏਗੀ। ਇਹ ਆਪਣੇ ਗੁਰੂ ਸਾਹਿਬ 'ਤੇ ਭਰੋਸਾ ਅਤੇ ਵਿਸ਼ਵਾਸ ਰੱਖੋ, ਮਾਰੇ ਫਤਿਹ ਕਰਨਗੇ ਜੀ। ਕੀ ਨਾਂ ਕੀ ਜੇ ਤੁਹਾਡਾ? ਗੁਰਤੇਜ ਸਿੰਘ ਜੀ। ਗੁਰਤੇਜ? ਗੁਰਤੇਜ ਸਿੰਘ। ਗੁਰਤੇਜ ਸਿੰਘ ਵੱਲੋਂ ਬੜਾ ਵੱਡਾ ਮੈਸੇਜ ਦਿੱਤਾ ਹੋਇਆ, ਕਹਿੰਦੇ ਕਿ ਜੇ ਫਤਿਹ ਕਰਨੀ ਹੈ ਨਾ ਅਤੇ ਫਿਰ ਨਿਸ਼ਾਨ ਸਾਹਿਬ ਦੀ ਅਗਵਾਈ ਥੱਲੇ ਤੁਹਾਨੂੰ ਲੜਨਾ ਪਊਗਾ। ਅਤੇ ਅੱਜ ਦੇ ਜੇ ਸੰਘਰਸ਼ ਦੀ ਗੱਲ ਕਰੀਏ, ਅੱਜ ਦਾ ਨਿਸ਼ਾਨ ਸਾਹਿਬ ਸਹੀ ਗੱਲ ਹੈ ਕਿ ਇਹ ਨਿਸ਼ਾਨ ਸਾਹਿਬ ਦੀ ਅਗਵਾਈ ਥੱਲੇ ਲੜਿਆ ਜਾ ਰਿਹਾ, ਕਿਉਂਕਿ ਅਕਾਲ ਤਖਤ ਸਾਹਿਬ ਤੋਂ ਅਰਦਾਸ ਹੁੰਦੀ ਹੈ ਜਦੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸਾਹਿਬਾਨ ਭੰਦੇਰ ਸਾਹਿਬ ਉੱਥੇ ਪਹੁੰਚ ਜਾਂਦੇ ਆ ਅਤੇ ਜਾ ਕੇ ਉੱਥੇ ਨਤਮਸਤਕ ਹੁੰਦੇ ਆ। ਕਿਸਾਨੀ ਸੰਘਰਸ਼ ਸ਼ੁਰੂ ਤੋਂ ਪਹਿਲਾਂ ਅਰਦਾਸ ਬੇਨਤੀ ਕੀਤੀ ਜਾਂਦੀ ਆ, ਫਤਿਹਗੜ੍ਹ ਸਾਹਿਬ ਅਰਦਾਸ ਹੁੰਦੀ ਆ, ਸ਼ਹੀਦਾਂ ਨੂੰ ਨਤਮਸਤਕ ਦਿੰਦਾ ਮਾਤਾ ਗੁਜਰ ਕੌਰ ਜੀ, ਛੋਟੇ ਸਾਹਿਬਜ਼ਾਦਿਆਂ ਦੀ ਧਰਤੀ ਉੱਤੇ ਨਤਮਸਤਕ ਹੁੰਦੇ ਆ, ਡੱਲੇਵਾਲ ਸਾਹਿਬ ਉੱਥੇ ਅਰਦਾਸ ਬੇਨਤੀ ਹੁੰਦੀ ਆ, ਗੁਰੂ ਘਰ ਅਰਦਾਸ ਬੇਨਤੀ ਕਰਕੇ ਤੁਰਦੇ ਆ। ਅਤੇ ਅਗਲੇ ਪਾਸੇ ਫਿਰ ਉਹ ਕਾਫਲੇ ਦੀ ਜਿਹੜੀ ਅਗਵਾਈ ਕੀਤੀ ਆ, ਅਤੇ ਉਸ ਅਗਵਾਈ ਦੇ ਵਿੱਚ ਜਿੱਥੇ ਕਿਸਾਨੀ ਝੰਡੇ ਲੱਗੇ ਉੱਥੇ ਨਿਸ਼ਾਨ ਸਾਹਿਬ ਵੀ ਨਾਲ ਲੱਗੇ, ਉਸ ਨਿਸ਼ਾਨ ਸਾਹਿਬ ਨੇ ਅਗਵਾਈ ਕੀਤੀ ਅਤੇ ਨੌਜਵਾਨ ਨੇ ਬੜੀ ਕਮਾਲ ਦੀ ਗੱਲ ਕੀਤੀ ਆ। ਅਤੇ ਗੁਰਤੇਜ ਜੀ ਗੱਲ ਬਿਲਕੁਲ ਤੇਰੀ ਸਹੀ ਆ ਕਿ ਜਦੋਂ ਤਾਂ ਦੇਸ਼ ਨੂੰ ਆਜ਼ਾਦੀ ਦੀ ਲੋੜ ਪਈ ਉਦੋਂ ਪੰਜਾਬ ਅੱਗੇ ਵਧਿਆ, ਪੰਜਾਬ ਰੈਜੀਮੈਂਟ ਅੱਗੇ ਗਈਆਂ, ਉਹਨਾਂ ਗੱਡੀਆਂ 'ਤੇ ਨਿਸ਼ਾਨ ਸਾਹਿਬ ਲੱਗੇ ਅਤੇ ਫਿਰ ਜਕਾਰੇ ਵੀ ਲੱਗੇ ਅਤੇ ਫਿਰ ਫਤਿਹ ਵੀ ਹੋਈਆਂ। ਉਹ ਭਾਵੇਂ 1947 ਦੀ ਕੁਰਬਾਨੀ ਦੀ ਗੱਲ ਹੋਵੇ ਤਾਂ ਪੰਜਾਬ ਨੇ ਦਿੱਤੀਆਂ, ਵੱਡੀਆਂ ਜੰਗਾਂ ਦੀ ਗੱਲ ਹੋਵੇ ਤਾਂ ਪੰਜਾਬ ਨੇ ਤਾਂ ਪੰਜਾਬ ਦੀ ਧਰਤੀ ਤੋਂ ਗਏ ਹੋਏ ਲੜਾਕੂ ਅਤੇ ਬਾਹਰਲੇ ਦੇਸ਼ਾਂ ਨੂੰ ਜਿੱਤਾਂ ਦਵਾ ਦਿੰਦੇ ਆ, ਇਤਿਹਾਸ ਗਵਾ ਵਾ, ਫਿਲਮਾਂ ਬਣੀਆਂ ਹੋਈਆਂ ਉਹਦੇ ਉੱਤੇ। ਜਦੋਂ ਨਿਸ਼ਾਨ ਸਾਹਿਬ ਦੀ ਅਗਵਾਈ ਦੇ ਵਿੱਚ ਚੱਲਦੇ ਹਾਂ ਤਾਂ ਜਿੱਤਾਂ ਜ਼ਰੂਰ ਪ੍ਰਾਪਤ ਹੁੰਦੀਆਂ ਵਾ। ਨੌਜਵਾਨ ਸਾਡੇ ਨਾਲ ਸੀ ਅਤੇ ਆਪਾਂ ਕੋਸ਼ਿਸ਼ ਕਰਾਂਗੇ ਅਗਲਾ ਸਫ਼ਰ ਵੀ ਨਾਲ ਨਾਲ ਤੈਅ ਕਰਦੇ ਜਾਈਏ, ਅਤੇ ਆਮ ਲੋਕਾਂ ਦੇ ਨਾਲ ਜਿਹੜੀ ਸੰਗਤ ਸੇਵਾ ਕਰ ਰਹੀ ਆ ਉਹਨਾਂ ਦੇ ਨਾਲ ਵੀ ਗੱਲਬਾਤ ਜਾਰੀ ਰੱਖੀਏ।